ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਸਪਾਲ ਸਿੰਘ ਪਿੰਡ ਡੰਡੋਵਾਲ ਤੋਂ ਨਿਮਰਤਾ ਸਾਹਿਬ ਬੇਨਤੀ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਗੁਰਮੁਖ ਪਿਆਰਿਆਂ ਨੂੰ ਕਿ ਜੇਲ੍ਹ ਦੇ ਵਿੱਚ ਮੈਂ ਕੋਈ 7 ਸਾਲ 1 ਮਹੀਨੇ ਦਾ ਸਮਾਂ ਬਤੀਤ ਕੀਤਾ ਹੈ ਵੱਖਰੀਆਂ ਵੱਖਰੀਆਂ ਜੇਲ੍ਹਾਂ ਵਿੱਚ। ਅੱਜ ਤੋਂ 7-8 ਸਾਲ ਪਹਿਲਾਂ ਮੈਨੂੰ ਜੋ ਜੇਲ੍ਹ ਵਿੱਚ ਦੇਖਣ ਦਾ ਮੌਕਾ ਮਿਲਿਆ, ਸਾਡੇ ਬੜੇ ਹੀ ਪਿਆਰੇ ਵੀਰ ਸਰਦਾਰ ਬਲਵੀਰ ਸਿੰਘ ਜੀ ਬੈਂਸ ਸੋਹਣੀ ਇੱਕ ਸਿੱਖ ਰਿਲੀਫ ਫੰਡ ਸੰਸਥਾ ਚਲਾ ਰਹੇ ਨੇ ਅਤੇ ਕਾਫ਼ੀ ਉਹਨਾਂ ਗੁਰਸਿੱਖਾਂ ਦੀ ਜਿਹੜੇ ਜੇਲ੍ਹ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਹਵਾਲਾਟੀ ਜਾਂ ਕੈਦੀ ਨੇ, ਉਹਨਾਂ ਦੀ ਪਰਿਵਾਰਾਂ ਦੀ ਉਹਨਾਂ ਦੀਆਂ ਉਹਨਾਂ ਦੇ ਖਰਚ ਪਾਣੀ ਦੀ ਕਾਫ਼ੀ ਸੇਵਾ ਕਰ ਰਹੇ ਨੇ ਅਤੇ ਬੜੀ ਇਹ ਵਧਾਈ ਦੇ ਪਾਤਰ ਨੇ, ਬਹੁਤ ਚੰਗਾ ਕੰਮ ਕਰ ਰਹੇ ਨੇ। ਅਤੇ ਇਹ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ, ਕਿਉਂਕਿ ਉਹ ਜਿਹੜੇ ਪਰਿਵਾਰ ਨੌਜਵਾਨ ਤਬਕਾ ਜਿਹੜਾ ਅੰਦਰ ਗਿਆ, ਝੂਠੇ ਕੇਸ ਪੈ ਕੇ ਨਿੱਕੇ ਨਿੱਕੇ, ਕੋਈ ਕਿਸੇ ਨੇ ਫੇਸਬੁੱਕ 'ਤੇ ਗੱਲ ਕੀਤੀ ਆ ਜਾਂ ਸੱਚ ਦੀ ਗੱਲ ਕੀਤੀ ਹੈ, ਉਹ ਕੇਸ ਪੈ ਕੇ ਚਲੇ ਜਾਂਦੇ, ਉਹਨਾਂ ਦੀ ਪੈਰਵਾਈ ਕਿਸੇ ਨਾ ਕਿਸੇ ਨੂੰ ਤਾਂ ਕਰਨੀ ਪੈਣੀ ਹੈ। ਇਹ ਕਾਫ਼ੀ ਹੱਦ ਤੱਕ ਪੈਰਵੀ ਕਰ ਰਹੇ ਨੇ, ਇਸ ਕਰਕੇ ਇਹਨਾਂ ਦਾ ਸਾਥ ਦੇਣ ਦਾ ਵੀ ਸਾਡਾ ਫਰਜ਼ ਬਣਦਾ ਕਿ ਆਪਾਂ ਇਹਨਾਂ ਦਾ ਸਾਰਿਆਂ ਦਾ ਸਾਥ ਦੇਈਏ। ਇਹ ਹੀ ਦਾਸ ਦੀ ਬੇਨਤੀ ਹੈ। ਜੋ ਮੈਂ ਦੇਖਿਆ ਲੰਗਰ ਪਾਣੀ ਵਾਸਤੇ ਵੀ ਪੈਸੇ ਭੇਜਦੇ ਨੇ, ਕੇਸਾਂ ਦੇ ਕਈ ਥਾਈਂ ਵਕੀਲ ਵੀ ਕੀਤੇ ਹੋਏ ਨੇ ਅਤੇ ਕਈ ਬਹੁਤ ਬੱਚਿਆਂ ਦੀ ਜਿਹੜੇ ਉਹਨਾਂ ਦੇ ਜਿਹੜੇ ਕੈਦੀ ਜਾਂ ਹਵਾਲਾਤੀ ਨੌਜਵਾਨ ਉਹਨਾਂ ਦੇ ਬੱਚੇ ਪੜ੍ਹ ਰਹੇ ਨੇ, ਉਹਨਾਂ ਦੀ ਇਹ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਵੀ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।